ਸਤਿ ਸ਼੍ਰੀ ਅਕਾਲ ਜੀ, ਮੈਂ ਜਸਵਿੰਦਰ ਸਿੰਘ ਅਤੇ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਵਿੱਚ, ਜਿੱਥੇ ਕਿ ਬੀਬੀ ਰਜਨੀ ਜੋ ਫਿਲਮ ਦਾ ਇਸ ਟਾਈਮ ਜੋ ਪ੍ਰਮੋਸ਼ਨ ਵਾਸਤੇ ਜੋ ਟੀਮ ਪਹੁੰਚੀ ਹੋਈ, ਇੱਥੇ ਕੋਈ ਲੋਕ ਸਾਡੇ ਨਾਲ ਵੀ ਗੱਲ ਕਰਨ ਨੂੰ ਤਿਆਰ ਨੇ, ਜਿੱਦਾਂ ਦਾ ਆਪਾਂ ਪੁੱਛਦੇ ਹਾਂ ਕਿੱਦਾਂ ਦਾ ਮਾਹੌਲ ਹੈ ਕਿ ਜਿੱਦਾਂ ਬੀਬੀ ਰਜਨੀ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਜੀ ਭਾਈ? ਹਾਂਜੀ ਭਾਅ ਜੀ, ਇਹ ਫਿਲਮ ਨਾ ਪਹਿਲੇ ਦੁੱਖ ਭੰਜਨ ਤੇਰਾ ਨਾਮ 'ਤੇ ਐਡਵਾਈਜ਼ ਹੋਈ ਸੀ, ਹੁਣ ਇਹ ਬੀਬੀ ਨਾਂ ਦੇ ਰਜਨੀ ਦਾ ਨਾਂ ਰੱਖੇ ਗਈ, ਕਿਉਂਕਿ ਇੱਕ ਰਾਜਾ ਸੀ ਉਹਦੀਆਂ 6 ਕੁ ਸਾਡੇ ਬੇਟੀਆਂ ਦੱਸਦੇ ਸੀ, ਵੀ ਜਿਹਦੇ ਵਿੱਚੋਂ ਰਾਜਾ ਬੜਾ ਹੁਣਕਾਰ ਸੀ ਅਤੇ ਬੇਟੀਆਂ ਨੂੰ ਪੁੱਛਦਾ ਸੀ ਵੀ ਤੁਸੀਂ ਕਿਹੜਾ ਦਿੱਤਾ ਖਾਂਦੀਆਂ ਜੇ, ਅਤੇ ਜਿਹਦੇ ਵਿੱਚੋਂ 6 ਬੇਟੀਆਂ ਕਹਿੰਦੀਆਂ ਸੀ ਵੀ ਆਪਾਂ ਤੇਰਾ ਦਿੱਤਾ ਖਾਂਦੀਆਂ, ਪਰ ਬੀਬੀ ਰਜਨੀ ਜਿਹੜੀ ਉਹ ਪਰਮਾਤਮਾ ਨੂੰ ਮੰਨਣ ਵਾਲੀ, ਵਿਸ਼ਵਾਸ ਰੱਖ, ਸ਼ਰਧਾ ਭਾਵਨਾ ਵਾਲੀ ਸੀ, ਉਹ ਇਹ ਗੱਲ ਕਹਿੰਦੀ ਸੀ ਵੀ ਜੋ ਕੁਝ ਦੇ ਰਿਹਾ ਵਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਰਿਹਾ ਵਾ, ਉਸ ਤੋਂ ਇਲਾਵਾ ਕੁਛ ਨਹੀਂ। ਫਿਰ ਉਹ ਪਿਓ ਹੰਕਾਰੀ ਨੇ ਆ ਕੇ ਗੁੱਸੇ ਦੇ ਮਾਰੇ ਵੀ ਉਹ ਵਿੱਚੋਂ ਆ ਕੇ ਕੋਹੜੀ ਨਾਲ ਵਿਆਹ ਉਹਦਾ ਕੀਤਾ, ਯਾਨੀ ਕਿ ਉਹ ਵੀ ਜਿਹੜਾ ਕੋਹੜੀ ਸੀ ਉਹ ਰਾਜਾ ਸੀ, ਉਹਨੂੰ ਇੱਕ ਸ਼ਰਾਫ ਮਿਲਿਆ ਹੋਇਆ ਸੀ। ਉਹਨੂੰ ਹੋ ਰਿਹਾ ਕਿ ਰਾਜਾ ਦੁਨੀ ਜਾਣ 'ਤੇ ਬੜੇ ਚਿਰ ਬਾਅਦ ਦੁਬਾਰਾ ਫਿਲਮ ਬਣ ਜਾ ਰਹੀ ਹੈ, ਜਿੱਦਾਂ ਰਿਲੀਜ਼ ਹੋ ਰਹੀ ਆ, ਅਤੇ ਪ੍ਰੀਤੀ ਸਪਰੂ ਦੇ ਪਿਤਾ ਤੋਂ ਬਾਅਦ ਇਹ ਫਿਲਮ ਫਿਰ ਰਿਲੀਜ਼ ਹੋ ਰਹੀ, ਕੀ ਕਹਿਣਾ ਚਾਹੁੰਦੇ ਗੱਲ? ਕਿਉਂਕਿ ਇਹਦੇ ਵਿੱਚ ਜਾਗਰੂਕਤੀ ਆ, ਕਿਉਂਕਿ ਬੱਚਿਆਂ ਨੂੰ ਅੱਗੇ ਸੰਸਕਾਰ ਮਿਲਦੇ ਆ ਵੀ ਪਰਮਾਤਮਾ ਤੋਂ ਇਲਾਵਾ ਕੁਛ ਨਹੀਂ ਆ, ਕਿਉਂਕਿ ਜਦੋਂ ਫਿਰ ਬੀਬੀ ਜੀ ਨੇ ਬੜਾ ਰੇੜੀ ਦੇ ਉਹਨੂੰ ਕਿਹਾ ਵੀ ਜੋ ਮੇਰਾ ਅੱਜ ਕੱਲ੍ਹ ਦੀਆਂ ਜਨਾਨੀਆਂ ਆਉਂਗੀ ਵੀ ਪਤੀ ਨਹੀਂ ਚੰਗਾ ਤਾਂ ਛੱਡਦਾ, ਪਰ ਉਹਨੇ ਪਤੀ ਪਰਮੇਸ਼ਵਰ ਕਰਕੇ ਉਹਦੀ ਸੇਵਾ ਕੀਤੀ, ਪਰਮਾਤਮਾ 'ਤੇ ਵਿਸ਼ਵਾਸ ਰੱਖਿਆ, ਉਹਨੂੰ ਕੋਹੜੀ ਨੂੰ ਲੈ ਕੇ ਵੀ ਫਿਰਦੀ ਰਹੀ, ਅਤੇ ਫਿਰ ਆ ਗੁਰੂ ਅੰਮ੍ਰਿਤ ਸਾਹਿਬ ਆਪਣੇ ਅੰਮ੍ਰਿਤਸਰ ਦੀ ਤਰੀ ਧਰਤੀ ਦਰਬਾਰ ਸਾਹਿਬ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਗਏ, ਉੱਥੇ ਜਾ ਕੇ ਉਹ ਕੋਹੜੀ ਠੀਕ ਹੋਏ। ਗੱਲ ਬੜੀ ਵਧੀਆ ਆਪਣੇ ਦੱਸੀ ਹੈਗੀ ਆ ਕਿ ਜਿਸ ਤਰ੍ਹਾਂ ਨਾ ਕਿ ਅੱਜ ਕੱਲ੍ਹ ਜੇ ਬੀਬੀਆਂ ਬੜੀਆਂ ਛੱਡ ਦਿੰਦੀਆਂ ਹੈਗੀਆਂ ਵੀ ਮੇਰਾ ਘਰ ਨਸ਼ਾ ਕਰਦਾ ਵਾ ਛੱਡ ਦਿਉ ਜਾਂ ਕੋਈ ਕੰਮ ਨਹੀਂ ਕਰਦਾ ਉਹਨੂੰ ਛੱਡ ਦਿਉ, ਅਤੇ ਇਹਨਾਂ ਨੇ ਕੋਈ ਵਿਸ਼ਵਾਸ ਵਿੱਚ ਵੀ ਇਹੋ ਸੰਸਕਾਰ ਦਿੱਤੇ ਗਿਆ ਵੀ ਜਿਹੜੀਆਂ ਜਨਾਨੀਆਂ ਪਤੀ ਵਰਤਾ ਸੀ ਜਾਂ ਆਪਣੇ ਪਤੀ ਨੂੰ ਪਰਮੇਸ਼ਵਰ ਮੰਨਦੀਆਂ ਸੀ ਉਹਨਾਂ ਨੇ ਸੁੱਖ ਭਾਲੇ ਹੀ ਭਾਲਿਆ, ਕਿਉਂਕਿ ਬੀਬੀ ਰਜਨੀ ਨੇ ਇੰਨਾ ਕਸ਼ਟ ਪਾ ਕੇ ਵੀ ਇਹ ਸਾਡੇ ਵਾਸਤੇ ਬਹੁਤ ਇੱਕ ਸਿੱਖ ਵਾ, ਬਹੁਤ ਯਾਨੀ ਕਿ ਜੇ ਗੌਰ ਕਰੀਏ ਤਾਂ ਬੜੀ ਵਧੀਆ ਗੱਲ ਹੈ ਕਿ ਜਿਸ ਤਰ੍ਹਾਂ ਇਹੋ ਜਿਹੀਆਂ ਵਧੀਆ ਜਾਣਕਾਰੀ ਫਿਲਮਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਸਾਡੇ ਵਿੱਚ ਜਾਗਰੂਕਤੀ ਆਵੇ।